ਕੱਲ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਸਮੇਤ ਹੋਰ ਮੁਲਾਜ਼ਮਾਂ ਦੇ ਪਿੰਡ ਹੁਸੈਨਪੁਰਾ ਨੇੜੇ ਹਾਜ਼ਰ ਸੀ, ਜਿਨ੍ਹਾਂ ਪਾਸ ਮੁਖਬਰੀ ਹੋਈ ਕਿ ਇੱਕ ਆਰੋਪੀ ਕੁਲਵਿੰਦਰ ਸਿੰਘ ਜੋ ਹਰਿਆਣੇ ਦਾ ਰਹਿਣ ਵਾਲਾ ਅਤੇ ਹੁਸੈਨਪੁਰਾ ਰੋਡ ਦੇ ਨੇੜੇ ਇੱਕ ਫੈਕਟਰੀ ਦੇ ਕੋਲ ਇੱਕ ਖਾਲੀ ਪਲਾਟ ਦੇ ਵਿੱਚ ਖੜਿਆ ਆਪਣੀ ਹੈਰੋਇਨ ਵੇਚਣ ਦੀ ਤਾਕ ਦੇ ਵਿੱਚ ਗਾਹਕਾਂ ਦੀ ਉਡੀਕ ਦੇ ਵਿੱਚ ਹਾਜ਼ਰ ਆ। ਅਗਰ ਰੇਡ ਕੀਤਾ ਜਾਵੇ ਤਾਂ ਇਹ ਕਾਬੂ ਆ ਸਕਦਾ, ਜਿਸ ਦੇ ਮੁਖਬਰੀ ਦੇ ਆਧਾਰ ਤੇ ਆਰੋਪੀ ਦੇ ਵਰਖਿਲਾਫ ਐਨਡੀਪੀਐਸ ਐਕਟ ਦਾ ਮੁਕੱਦਮਾ ਥਾਣਾ ਐਸਟੀਐਫ ਮੋਹਾਲੀ ਵਿਖੇ ਦਰਜ ਕਰਾ ਕੇ ਜਦੋਂ ਰੇਡ ਕੀਤਾ ਤਾਂ ਇਹਨੂੰ ਕਾਬੂ ਕਰਕੇ ਇਹਦੇ ਕਬਜ਼ੇ ਵਿੱਚੋਂ ਕਾਰ ਦੇ ਵਿੱਚੋਂ 93 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਹਨੂੰ ਅਸੀਂ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਅੱਜ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ। ਪੇਸ਼ ਕਰਕੇ ਇਹਦਾ ਲੰਮਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਅਤੇ ਇਹਦੇ ਗਾਹਕਾਂ ਅਤੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ। ਸਰ ਕਿੰਨੀ ਕੁ ਦੇਰ ਤੋਂ ਕੰਮ ਕਰ ਰਹੇ ਸੀ? ਜਿਹਨੇ ਪੁੱਛਗਿੱਛ ਤੇ ਦੱਸਿਆ ਵੀ ਕਰੀਬ 1 ਸਾਲ ਤੋਂ ਇਹ ਹੈਰੋਇਨ ਵੇਚਣ ਦਾ ਕੰਮ ਕਰਦਾ ਪਰ ਆਪ ਖੁਦ ਇਹ ਨਸ਼ੇ ਦਾ ਸੇਵਨ ਨਹੀਂ ਕਰਦਾ। ਸਰ ਇਸ ਤੋਂ ਪਹਿਲਾਂ ਵੀ ਮਾਮਲਾ ਦਰਜ ਨਹੀਂ? ਇਹਦੇ ਬਾਰੇ ਅਸੀਂ ਅਜੇ ਅੱਜ ਲਿਖ ਕੇ ਇਹਨਾਂ ਦੇ ਕੰਸਰਨਡ ਪੁਲਿਸ ਸਟੇਸ਼ਨ ਨੂੰ ਭੇਜਿਆ ਸਰਸੇ, ਉਦੋਂ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਵੀ ਪਹਿਲਾਂ ਇਹਦੇ ਬਰਖਿਲਾਫ਼ ਕੋਈ ਹੋਰ ਮੁਕੱਦਮਾ ਦਰਜ ਹੈ ਜਾਂ ਨਹੀਂ।